ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪੰਥ ਦਾ ਦਾਸ ਰਣਜੀਤ ਸਿੰਘ ਰਾਣਾ, ਪ੍ਰੋਗਰਾਮ ਅੱਖਰਾਂ ਦਾ ਸਰਨਾਵਾ ਲੈ ਕੇ ਆਪ ਸਭ ਦੇ ਸਨਮੁੱਖ ਹੈ। ਆਪ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਖਾਸ ਤੌਰ 'ਤੇ ਸਿੱਖ ਫਲਸਫੇ ਦੀ ਗੱਲ ਕੀਤੀ ਜਾਂਦੀ ਹੈ, ਸਿੱਖ ਸਾਹਿਤ ਦੀ ਗੱਲ ਕੀਤੀ ਜਾਂਦੀ ਹੈ, ਸਿੱਖ ਸਾਹਿਤਕਾਰਾਂ ਦੀ ਗੱਲ ਕੀਤੀ ਜਾਂਦੀ ਹੈ, ਪੰਜਾਬੀ ਸਾਹਿਤ ਅਤੇ ਪੰਜਾਬੀ ਸਾਹਿਤਕਾਰਾਂ ਦੀ ਗੱਲ ਵੀ ਕੀਤੀ ਜਾਂਦੀ ਹੈ, ਪਰ ਉਹਨੂੰ ਸਿੱਖ ਦ੍ਰਿਸ਼ਟੀਕੋਣ ਤੋਂ ਪਰਖਿਆ ਜਾਂਦਾ ਹੈ। ਅੱਜ ਮੈਂ ਖਾਸ ਤੌਰ 'ਤੇ ਇੱਕ ਨਿੱਕੀ ਜਿਹੀ ਗਾਥਾ ਆਪ ਸਭ ਨਾਲ ਸਾਂਝੀ ਕਰਨੀ ਹੈ, ਜਿਹਦੇ ਵਿੱਚ ਪੰਜਾਬੀ ਸਾਹਿਤ ਦੀ ਵੀ ਗੱਲ ਹੋਵੇਗੀ, ਪੰਜਾਬੀ ਸਾਹਿਤਕਾਰ ਦੀ ਵੀ ਗੱਲ ਹੋਵੇਗੀ, ਪਰ ਗੁਰਸਿੱਖ ਸੰਤਾਂ ਮਹਾਂਪੁਰਸ਼ਾਂ ਦੀ ਗੱਲ ਵੀ ਹੋਵੇਗੀ। ਪੰਜਾਬੀ ਦਾ ਇੱਕ ਮੈਗਜ਼ੀਨ ਸਾਡੇ ਸਮਿਆਂ ਜਦੋਂ ਅਸੀਂ ਕਾਲਜ 'ਚ ਪੜ੍ਹਦੇ ਸਾਂ ਬੜੀਆਂ ਬੁਲੰਦੀਆਂ 'ਤੇ ਸੀ, ਨਾਂ ਸੀ ਪੰਜਾਬੀ ਡਾਈਜੈਸਟ। ਉਸ ਮੈਗਜ਼ੀਨ ਦੇ ਨਾਲ ਬੜੀਆਂ ਵੱਡੀਆਂ ਵੱਡੀਆਂ ਹਸਤੀਆਂ ਜੁੜੀਆਂ ਹੋਈਆਂ ਸਨ। ਖੁਸ਼ਵੰਤ ਸਿੰਘ, ਦਿੱਲੀ ਤੋਂ ਛਪਣ ਵਾਲਾ ਮੈਗਜ਼ੀਨ, ਖੁਸ਼ਵੰਤ ਸਿੰਘ, ਕੁਲਦੀਪ ਨਈਅਰ, ਜੰਗ ਬਹਾਦਰ ਸਿੰਘ ਇਸ ਮੈਗਜ਼ੀਨ ਦੇ ਐਡੀਟਰ ਸਨ, ਪ੍ਰੀਤਮ ਸਿੰਘ ਜੀ ਔਰ ਡਾਕਟਰ ਜਸਵੰਤ ਸਿੰਘ ਨੇਕੀ ਜੀ, ਵੱਡੀਆਂ ਹਸਤੀਆਂ ਜਿਹੜੀਆਂ ਸਨ ਪੰਜਾਬੀ ਲਿਟਰੇਚਰ ਦੇ ਵਿੱਚ ਵੀ ਅਤੇ ਸਿੱਖ ਸਾਹਿਤ ਦੇ ਵਿੱਚ ਵੀ, ਉਹ ਇਸ ਮੈਗਜ਼ੀਨ ਨਾਲ ਜੁੜੀਆਂ ਹੋਈਆਂ ਸਨ। ਮੈਨੂੰ ਪਤਾ ਲੱਗਾ ਕਿ ਇਹ ਮੈਗਜ਼ੀਨ ਅੱਜ ਵੀ ਚੱਲਦਾ ਹੈ, ਪਰ ਅੱਜ ਉਸਦਾ ਰੂਪ ਬਦਲ ਗਿਆ ਹੈ ਸਾਰਾ। ਉਦੋਂ ਇਹ ਸਮੇਂ ਦੀ ਗੱਲ ਵੀ ਕਰਦਾ ਸੀ, ਪੰਜਾਬੀ ਲਿਟਰੇਚਰ ਦੀਆਂ ਬੁਲੰਦੀਆਂ ਦੀ ਗੱਲ ਵੀ ਕਰਦਾ ਸੀ। ਰਾਸ਼ਟਰਪਤੀ ਅਵਾਰਡ ਮਿਲਿਆ ਹੋਇਆ ਸੀ ਇਸ ਮੈਗਜ਼ੀਨ ਨੂੰ, ਪੂਰੇ ਦੇਸ਼ ਦੇ ਵਿੱਚੋਂ ਜਿਹੜੇ ਵਧੀਆ ਮੈਗਜ਼ੀਨ ਉਹਨਾਂ ਦੇ ਵਿੱਚ ਦਾ, ਪਰ ਸਿੱਖ ਸਿਆਸਤ ਦੀ ਵੀ ਗੱਲ ਕਰਦਾ ਸੀ, ਸਿੱਖ ਸੰਵੇਦਨਾ ਦੀ ਗੱਲ ਵੀ ਕਰਿਆ ਕਰਦਾ ਸੀ। ਔਰ ਜੰਗ ਬਹਾਦਰ ਸਿੰਘ ਦਾ ਆਪਣਾ ਘੇਰਾ ਜਿਹੜਾ ਇਸਦੇ ਐਡੀਟਰ ਸਨ ਬੜਾ ਵਿਸ਼ਾਲ ਸੀ। ਅਕਤੂਬਰ 2002 ਦੇ ਪੰਜਾਬੀ ਡਾਇਜੈਸਟ ਦੇ ਵਿੱਚ ਇੱਕ ਨਿੱਕਾ ਜਿਹਾ ਲੇਖ ਲੱਗਾ ਸੀ, ਉਹ ਮੈਂ ਆਪ ਸਭ ਨਾਲ ਸਾਂਝਾ ਕਰਨਾ ਹੈ। ਪੰਜਾਬੀ ਡਾਇਜੈਸਟ ਦੇ ਵਿੱਚ ਸੰਪਾਦਕੀ ਵਾਂਗੂ ਜੰਗ ਬਹਾਦਰ ਸਿੰਘ ਦਾ ਆਪਣਾ ਲਿਖਿਆ ਉਹਦੀ ਆਪਣੀ ਕਲਮ ਤੋਂ, ਔਰ ਉਹਦੇ ਵਿੱਚ ਖਾਸ ਤੌਰ 'ਤੇ ਉਹਨਾਂ ਨੇ ਸੰਤ ਗੁਰਮੁਖ ਸਿੰਘ ਜੀ ਦੀ ਗੱਲ ਕੀਤੀ। ਸੰਤ ਗੁਰਮੁਖ ਸਿੰਘ ਉਹ ਜਿਹੜੇ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਦੇ ਇਹ ਵਡੇਰੇ ਸਮਝੇ ਜਾਂਦੇ ਨੇ, ਪਤਾਮੇ ਸਮਝੇ ਜਾਂਦੇ ਨੇ, ਜਿਹਨਾਂ ਤੋਂ ਕਾਰ ਸੇਵਾ ਵਾਲੀ ਗੱਲ ਸ਼ੁਰੂ ਹੋਈ, ਬੜੀ ਵੱਡੀ ਸੇਵਾ। ਉਹਨੂੰ ਸੰਤ ਗੁਰਮੁਖ ਸਿੰਘ ਪਟਿਆਲੇ ਵਾਲੇ ਕਹਿ ਦਿੰਦੇ ਨੇ, ਸੰਤ ਗੁਰਮੁਖ ਸਿੰਘ ਕਾਰ ਸੇਵਾ ਵਾਲੇ ਕਹਿ ਦਿੰਦੇ ਨੇ, ਔਰ ਸੰਤ ਗੁਰਮੁਖ ਸਿੰਘ ਨੇ ਕਿਉਂਕਿ ਤਰਨ ਤਾਰਨ ਦੀ ਸੇਵਾ ਲੰਮਾ ਚਿਰ ਬੈਠ ਕੇ ਕੀਤੀ ਸੀ, ਇਸ ਕਰਕੇ ਤਰਨ ਤਾਰਨ ਵਾਲਾ ਵੀ ਨਾਂ ਉਹਨਾਂ ਦੇ ਨਾਲ ਜੁੜਦਾ ਹੈ। ਸੰਤ ਗੁਰਮੁਖ ਸਿੰਘ ਜੀ ਪਟਿਆਲੇ ਵਾਲੇ, ਸੰਤ ਗੁਰਮੁਖ ਸਿੰਘ ਜੀ ਕਾਰ ਸੇਵਾ ਵਾਲੇ, ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਦੇ ਪਤਾਮਾ, ਬੜੇ ਨਾਮਣੇ ਵਾਲੇ ਮਹਾਂਪੁਰਸ਼। ਔਰ ਇਸ ਲੇਖ ਦੇ ਵਿੱਚ ਉਹਨਾਂ ਨੇ ਸੰਤ ਦਰਦਾਰ ਸਿੰਘ ਦਾ ਵੀ ਜ਼ਿਕਰ ਕੀਤਾ, ਔਰ ਮੈਂ ਲੇਖ ਹੀ ਸਾਂਝਾ ਕਰਦਾ ਆਪ ਸਭ ਦੇ ਨਾਲ। ਜੰਗ ਬਹਾਦਰ ਸਿੰਘ ਜੀ ਪੰਜਾਬੀ ਡਾਇਜੈਸਟ ਅਕਤੂਬਰ 2002 ਦੇ ਅੰਕ ਦੇ ਵਿੱਚ ਲਿਖਦੇ ਨੇ ਕਿ ਸਰਦਾਰ ਗੁਰਬਖਸ਼ ਸਿੰਘ ਜੀ ਸਹਿਗਲ ਅੰਮ੍ਰਿਤਸਰ ਦੇ ਬੜੇ ਮੰਨੇ ਪ੍ਰਮੰਨੇ ਬਜ਼ੁਰਗ ਸਨ, ਬੜਾ ਨਾਮਣਾ ਸੀ, ਦਾਨੀ ਪੁਰਸ਼ ਦੇ ਤੌਰ 'ਤੇ ਜਾਣੇ ਜਾਂਦੇ ਸਨ, ਹਰਿਮੰਦਰ ਸਾਹਿਬ ਰੋਜ਼ ਸੇਵਾ ਲਈ ਆਇਆ ਕਰਦੇ ਸਨ, ਵੱਡੇ ਰਹੀਸ਼ ਵੀ ਸਨ ਪਰ ਖੁਦਾ ਤਰਸ ਵੀ ਸਨ, ਸੁਹਿਰਦ ਵੀ ਸਨ, ਦਾਨੀ ਸਨ। ਉਹਨਾਂ ਦੀ ਦੱਸੀ ਹੋਈ ਗਾਥਾ ਹੈ ਜਿਹੜੀ ਉਹਨਾਂ ਨੇ ਜੰਗ ਬਹਾਦਰ ਸਿੰਘ ਨੂੰ ਦੱਸੀ ਸੀ, ਆਪਣੀ ਹੱਡ ਬੀਤੀ। ਅਤੇ ਸੰਤ ਬਾਬਾ ਗੁਰਮੁਖ ਦੇ ਦਾ ਜ਼ਿਕਰ ਕਰਦਿਆਂ ਹੋਇਆ, ਸੰਤ ਦਰਦਾਰ ਸਿੰਘ ਦਾ ਜ਼ਿਕਰ ਕਰਦਿਆਂ ਹੋਇਆ, ਗੁਰਮੁਖ ਸਿੰਘ ਸਹਿਗਲ ਨੇ ਜਿੱਦਾਂ ਜੰਗ ਬਹਾਦਰ ਸਿੰਘ ਨੂੰ ਦੱਸਿਆ ਕਿ ਇੱਕ ਦਿਨ ਉਹ ਆਪਣੀ ਪਤਨੀ ਨੂੰ ਨਾਲ ਲੈ ਕੇ ਅੰਮ੍ਰਿਤਸਰ ਤੋਂ ਲਾਹੌਰ ਨੂੰ ਜਾ ਰਹੇ ਸਨ, ਯਾਨੀ ਕਿ ਸਟੇਸ਼ਨ 'ਤੇ ਖੜ੍ਹੇ ਸਨ ਅੰਮ੍ਰਿਤਸਰ ਦੇ, ਲਾਹੌਰ ਜਾਣਾ ਸੀ। ਜਾਣ ਦਾ ਕਾਰਨ ਇਹ ਸੀ ਕਿ ਉਹਨਾਂ ਦੀ ਪਤਨੀ ਦੇ ਪੇਟ ਦੇ ਵਿੱਚ ਕੋਈ ਦਰਦ ਰਹਿੰਦਾ ਸੀ ਗੁੱਝਾ ਜਿਹਾ,
ਜਿਸ ਦੇ ਬਾਰੇ ਦਿਖਾਇਆ ਬੜੇ ਡਾਕਟਰਾਂ ਨੂੰ ਦਵਾਈਆਂ ਬੜੀਆਂ ਦਿੱਤੀਆਂ ਪਰ ਕਿਸੇ ਨੂੰ ਪਤਾ ਨਹੀਂ ਲੱਗਾ ਅਤੇ ਕਹਿੰਦੇ ਲਾਹੌਰ ਦੇ ਵਿੱਚ ਜਿਹੜਾ ਕੋਈ ਇਸ ਮਰਜ਼ ਦਾ ਬਹੁਤ ਮਨਾਮਣੇ ਵਾਲਾ ਡਾਕਟਰ ਜਿਹਦੀ ਦੱਸ ਪਈ ਉਹਨਾਂ ਨੂੰ ਦਿਖਾਉਣ ਲਈ ਉਹ ਲਾਹੌਰ ਜਾ ਰਹੇ ਸਨ, ਅੰਮ੍ਰਿਤਸਰ ਸਟੇਸ਼ਨ 'ਤੇ ਸਨ। ਲੰਬੇ ਟਾਈਮ ਤੋਂ ਬਿਮਾਰੀ ਸੀ, ਆਰਾਮ ਨਹੀਂ ਸੀ ਆ ਰਿਹਾ ਹੈਗਾ, ਪੇਟ ਦਰਦ ਸੀ, ਕੁਛ ਖਾ ਨਹੀਂ ਸਕਦੇ ਸੀ, ਰੋਟੀ ਖਾਣੀ ਤਾਂ ਦੂਰ ਦੀ ਗੱਲ, ਕਣਕ ਪਚਦੀ ਨਹੀਂ ਸੀ। ਇਹ ਤੁਰਨਾ ਬਹਾਲ ਹੋ ਜਾਂਦਾ ਸੀ ਜਦੋਂ ਅੰਦਰੋਂ ਥੂਲ ਉੱਠਦੀ ਸੀ, ਦਰਦ ਉੱਠਦੀ ਸੀ। ਗੁਰਬਾਣੀ 'ਚ ਵੀ ਜ਼ਿਕਰ ਹੈ ਜਿਨ੍ਹਾਂ ਅੰਦਰ ਉਮਰ ਥਲ ਸਹੀ ਜਨ ਰਸੂਲੀਆਂ, ਜਿਨ੍ਹਾਂ ਦੇ ਅੰਦਰ ਦਰਦ ਪੈਂਦਾ ਪਤਾ ਉਹਨਾਂ ਨੂੰ ਲੱਗਦਾ ਹੈ, ਦੂਜਾ ਤਾਂ ਦੇਖਦਾ ਹੈ ਪਤਾ ਨਹੀਂ, ਤੁਰਿਆ ਨਹੀਂ ਸੀ ਜਾਂਦਾ, ਦਰਦ ਪੇਟ ਦੀ ਪਰ ਤੁਰਨਾ ਮਹਾਲ ਹੋ ਜਾਂਦਾ ਸੀ, ਬੈਠਣਾ ਮਹਾਲ ਹੋ ਜਾਂਦਾ ਸੀ, ਕੁਛ ਖਾ ਨਹੀਂ ਸਨ ਸਕਦੇ। ਸਰਦਾਰ ਗੁਰਬਖਸ਼ ਸਿੰਘ ਸਹਿਗਲ ਦੀ ਪਤਨੀ ਗੁਰਬਖਸ਼ ਸਿੰਘ ਨੇ ਜਿੱਦਾਂ ਦੱਸਿਆ ਜੰਗ ਬਹਾਦਰ ਸਿੰਘ ਨੂੰ ਉੱਦਾਂ ਉਹਨਾਂ ਨੇ ਲਿਖਿਆ। ਉਹ ਕਹਿੰਦੇ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਪਹੁੰਚੇ, ਉਹਨਾਂ ਨੇ ਲਾਹੌਰ ਜਾਣਾ ਸੀ ਸਪੈਸ਼ਲ ਡਾਕਟਰ ਨੂੰ ਦਿਖਾਉਣ ਦੇ ਲਈ, ਕਿ ਅਚਾਨਕ ਜੇ ਉਹ ਬਸ ਉਹਨਾਂ ਦੀ ਟ੍ਰੇਨ ਆਈ ਨਹੀਂ ਸੀ, ਅਚਾਨਕ ਸੰਤ ਦਦਾਰ ਸਿੰਘ ਜੀ ਆ ਗਏ ਉੱਥੇ ਆਪਣੇ ਦੋ ਤਿੰਨ ਸਾਥੀਆਂ ਸਮੇਤ। ਹੁਣ ਉਹਨਾਂ ਦੀ ਪੁਰਾਣੀ ਜਾਣ ਪਛਾਣ ਸੀ ਕਿਉਂਕਿ ਦਾਨੀ ਸੱਜਣ ਸਨ ਗੁਰਬਖਸ਼ ਸਿੰਘ ਸਹਿਗਲ ਜੀ, ਸੰਤ ਦਦਾਰ ਸਿੰਘ ਦੇ ਦਰਸ਼ਨ ਕੀਤੇ ਹੋਏ ਸਨ। ਅਤੇ ਸੰਤ ਦਦਾਰ ਸਿੰਘ ਕਹਿੰਦੇ ਉਹਨਾਂ ਪੁੱਛਿਆ ਵੀ ਕਿੱਦਾਂ ਬਈ ਕਿੱਥੇ ਜਾ ਰਹੇ ਹੋ ਫਤਿਹ ਤੋਂ ਬਾਅਦ 'ਚ? ਅਤੇ ਗੁਰਬਖਸ਼ ਸਿੰਘ ਨੇ ਲਾਹੌਰ ਜਾਣ ਦਾ ਕਾਰਨ ਦੱਸਦਾ ਬਈ ਪਤਨੀ ਦੇ ਪੇਟ 'ਚ ਦਰਦ ਹੈ, ਦੂਰ ਨਹੀਂ ਹੋ ਰਹੀ, ਬੜੀਆਂ ਦਵਾ ਦਾਰੂ ਕਰਕੇ ਦੇਖੇ। ਅਤੇ ਸੰਤ ਦਦਾਰ ਸਿੰਘ ਜੀ ਕਹਿੰਦੇ ਨਹੀਂ, ਤੁਸੀਂ ਲਾਹੌਰ ਨਹੀਂ ਜਾਣਾ, ਸ਼ਾਇਦ ਰੱਬ ਨੇ ਮੈਨੂੰ ਤੁਹਾਡੇ ਲਈ ਇੱਥੇ ਭੇਜਿਆ ਹੋਵੇ ਕਿ ਤੁਹਾਡੇ ਦਰਦ ਦੀ ਇਲਾਈ ਜਿਹੜਾ ਇਲਾਜ ਹੈ ਉਹ ਲਾਹੌਰ 'ਚ ਨਹੀਂ, ਉਹ ਤਰਨ ਤਾਰਨ ਸਾਹਿਬ 'ਚ, ਉਹ ਤਰਨ ਤਾਰਨ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਹੈ, ਤੁਸੀਂ ਉੱਧਰ ਨੂੰ ਚੱਲੋ, ਤਰਨ ਤਾਰਨ ਨੂੰ, ਤਰਨ ਤਾਰਨ ਜਾਓ, ਉੱਥੇ ਸੰਤ ਬਾਬਾ ਗੁਰਮੁਖ ਸਿੰਘ ਜੀ ਕਾਰ ਸੇਵਾ ਵਾਲੇ ਕਾਰ ਸੇਵਾ ਕਰਵਾ ਰਹੇ ਨੇ, ਪਰਿਕਰਮਾ ਦੇ ਵਿੱਚ ਸੇਵਾ ਕਰਵਾ ਰਹੇ ਨੇ ਤਰਨ ਤਾਰਨ ਦੇ ਗੁਰਦੁਆਰਾ ਸਾਹਿਬ ਦੀ। ਤੁਸੀਂ ਚਲੇ ਜਾਣਾ ਉੱਥੇ ਉਹਨਾਂ ਕੋਲ ਪਰਿਕਰਮਾ ਦੇ ਵਿੱਚ ਜਿੱਥੇ ਸੇਵਾ ਕਰਾ ਰਹੇ ਨੇ, ਅਤੇ ਉਹਨਾਂ ਨੂੰ ਜਾ ਕੇ ਉਹਨਾਂ ਦੀ ਆਸ਼ੀਰਵਾਦ ਲਓ, ਜਿਵੇਂ ਉਹ ਕਹਿਣ ਉਵੇਂ ਕਰੋ, ਦਰਦ ਦੂਰ ਹੋ ਜਾਏਗੀ। ਇਹ ਸੰਤ ਦਦਾਰ ਸਿੰਘ ਨੇ ਬਚਨ ਕਰ ਦਿੱਤੇ। ਗੁਰਬਖਸ਼ ਸਿੰਘ ਨੇ ਸਹਿਗਲ ਨੇ ਅੱਗੋਂ ਬੇਨਤੀ ਕੀਤੀ ਕਿ ਅਸੀਂ ਤਾਂ ਸੰਤ ਬਾਬਾ ਗੁਰਮੁਖ ਸਿੰਘ ਨੂੰ ਕਦੀ ਮਿਲੇ ਨਹੀਂ, ਕੋਈ ਜਾਣ ਪਛਾਣ ਨਹੀਂ, ਅਸੀਂ ਤਾਂ ਉਹਨਾਂ ਨੂੰ ਪਛਾਣ ਹੀ ਲਾਂਗੇ ਜਾ ਕੇ ਪਰਿਕਰਮਾ 'ਚ, ਕਿ ਸੰਤ ਨੇ ਕਿਸੇ ਤੋਂ ਪੁੱਛ ਵੀ ਲਾਂਗੇ, ਉਹ ਸਾਨੂੰ ਕਿੱਦਾਂ ਪਛਾਣਨਗੇ, ਅਸੀਂ ਜਾ ਕੇ ਕੀ ਕਹਾਂਗੇ ਜਾਣ? ਚਲੋ ਤੁਸੀਂ ਵੀ ਨਾਲ ਚੱਲੋ, ਫਿਰ ਅੰਮ੍ਰਿਤਸਰ ਤੋਂ ਤਰਨ ਤਾਰਨ ਕਿਹੜਾ ਦੂਰ ਹੈ, ਉਧਰ ਨੂੰ ਚੱਲਦੇ ਹਾਂ, ਤੁਸੀਂ ਵੀ ਨਾਲ ਚੱਲੋ ਅਤੇ ਜਾ ਕੇ ਸਾਡੀ ਬੇਨਤੀ ਕਰ ਦਿਓ, ਤੁਹਾਡੀ ਕੀਤੀ ਬੇਨਤੀ ਛੇਤੀ ਪ੍ਰਵਾਨ ਕਰ ਲੈਣਗੇ। ਮਹਾਂਪੁਰਸ਼ਾਂ ਦੀ ਗੱਲ ਮਹਾਂਪੁਰਸ਼ ਸੁਣਿਆ ਕਰਦੇ ਨੇ, ਕੋਈ ਵਿਚੋਲਾ ਚਾਹੀਦਾ ਮਿਲਣ ਦੇ ਲਈ। ਇਹ ਗੱਲ ਗੁਰਬਖਸ਼ ਸਿੰਘ ਨੇ ਬੜੀ ਨਿਮਰ ਭਾਵਨਾ ਦੇ ਨਾਲ ਕਹੀ, ਅਤੇ ਸੰਤ ਦਦਾਰ ਸਿੰਘ ਕਹਿੰਦੇ ਚਲੋ ਠੀਕ ਹੈ, ਅਸੀਂ ਤਰਨ ਤਾਰਨ ਜਾਂਦੇ ਤਾਂ ਨਹੀਂ ਕਿਉਂਕਿ ਅਸੀਂ ਕਿਸੇ ਹੋਰ ਪਾਸੇ ਜਾਣਾ ਹੈ, ਪਰ ਅਸੀਂ ਤੁਹਾਡੀ ਬੇਨਤੀ ਪਜਾ ਦਿੰਦੇ ਹਾਂ ਸੰਤ ਗੁਰਮੁਖ ਸਿੰਘ ਦੇ ਚਰਨਾਂ 'ਚ, ਤੁਹਾਡੀ ਜਾਣ ਪਛਾਣ ਕਰਵਾ ਦਿੰਦੇ ਹਾਂ, ਤੁਸੀਂ ਪਰਿਕਰਮਾ 'ਚ ਚੱਲ ਜਾਇਓ ਜਿੱਥੇ ਉਹ ਕਾਰ ਸੇਵਾ ਕਰਵਾਉਂਦੇ ਹੋਏ, ਅਤੇ ਜਦੋਂ ਜਾਓਗੇ ਆਪੇ ਤੁਹਾਨੂੰ ਪਛਾਣ ਲੈਣਗੇ, ਇੰਨੀ ਕੁ ਜਾਣ ਪਛਾਣ ਕਰਵਾ ਦਿੰਦੇ ਹਾਂ। ਅਤੇ ਇਹ ਕਹਿਣ ਤੋਂ ਬਾਅਦ ਸੰਤ ਦਦਾਰ ਸਿੰਘ ਜੀ ਨੇ ਅੰਮ੍ਰਿਤਸਰ ਸਟੇਸ਼ਨ 'ਤੇ ਖਲੋਤਿਆਂ ਨੇ ਤਰਨ ਤਾਰਨ ਵਾਲੇ ਪਾਸੇ ਮੂੰਹ ਕੀਤਾ, ਦੋਨੇ ਹੱਥ ਜੋੜੇ, ਸਿਰ ਝੁਕਾਇਆ ਅਤੇ ਅਰਦਾਸ ਵਾਂਗੂ ਬੇਨਤੀ ਜੋਦਣੀ ਕੀਤੀ, ਮੂੰਹ ਦੇ ਵਿੱਚ ਅੰਦਰੇ ਅੰਦਰ ਮੁਖਾਰ ਬਿੰਦੇ ਕੁਛ ਕਿਹਾ, ਕੋਈ ਸ਼ਬਦ ਉੱਚਰੇ, ਅਤੇ ਬਾਅਦ 'ਚ ਕੋਈ ਸ਼ਬਦ ਉੱਚਰ ਕੇ ਕੋਈ ਬੇਨਤੀ ਕੀਤੀ ਅੰਦਰੋਂ ਅੰਦਰ, ਅਤੇ ਫਿਰ ਬਾਅਦ 'ਚ ਗੁਰਮੁਖ ਸਿੰਘ ਨੂੰ ਆਖਣ ਲੱਗੇ ਕਿ ਤੁਹਾਡੀ ਬੇਨਤੀ ਅਸੀਂ ਸੰਤ ਗੁਰਮੁਖ ਸਿੰਘ ਜੀ ਦੇ ਬਾਬਾ ਜੀ ਦੇ ਚਰਨਾਂ 'ਚ ਪਹੁੰਚਾਤੀ ਹੈ, ਤੁਸੀਂ ਜਾਓ ਪਰਿਕਰਮਾ 'ਚ, ਤੁਹਾਨੂੰ ਆਪੇ ਪਛਾਣਨਗੇ, ਤੁਹਾਨੂੰ ਆਵਾਜ਼ ਮਾਰ ਕੇ ਬੁਲਾ ਲੈਣਗੇ, ਤੁਸੀਂ ਪਹੁੰਚੋ। ਹੁਣ ਸੰਤਾਂ ਦੇ ਮੂਹਰੇ ਬੜੀ ਹੈਰਾਨੀ ਜਿਹੀ ਹੋਈ ਕਿ ਬੇਨਤੀ ਇੱਥੇ ਖਲੋਤੇ ਖਲੋਤੇ ਕਿੱਦਾਂ ਪੁੱਜ ਗਈ। ਗੁਰਬਖਸ਼ ਸਿੰਘ ਸਹਿਗਲ ਜੀ ਬੜੇ ਹੈਰਾਨ ਹੋਏ ਵੀ ਇੱਦਾਂ ਕਿੱਦਾਂ ਬੇਨਤੀ ਪੁੱਜ ਗਈ, ਪਰ ਮਹਾਂਪੁਰਸ਼ਾਂ ਦੇ ਮੂਹਰੇ ਬੋਲਣ ਕੀ? ਉਹਨਾਂ ਨੇ ਸੰਤ ਦਦਾਰ ਸਿੰਘ ਨੂੰ ਸਤ ਬਚਨ ਆਖਿਆ, ਅਤੇ ਹੁਣ ਲਾਹੌਰ ਵਾਲ ਜਾਣ ਦੀ ਬਜਾਏ ਤਰਨ ਤਾਰਨ ਵਾਲੇ ਬੰਦੇ ਨੂੰ ਉਹਨਾਂ ਨੇ ਸਫ਼ਰ ਆਰੰਭ ਕਰ ਲਿਆ। ਅਤੇ ਇੱਥੋਂ ਸੰਤ ਦਦਾਰ ਸਿੰਘ ਜੀ ਦੇ ਅੰਮ੍ਰਿਤਸਰ ਤੋਂ ਜਲੰਧਰ ਵੱਲ ਨੂੰ ਜਾਣਾ ਸੀ, ਕਿਤੇ ਉਹਨਾਂ ਨੇ ਲਾਹੌਰ ਜਾਣ ਇਹਨਾਂ ਨੂੰ ਲਾਹੌਰ ਰੋਕਤਾ ਜਾਣਾ,
ਉਹਨਾਂ ਨੇ ਜਲੰਧਰ ਵੱਲ ਨੂੰ ਟ੍ਰੇਨ ਫੜ ਲਈ। ਹੁਣ ਸਰਦਾਰ ਗੁਰਬਖਸ਼ ਸਿੰਘ ਜਦੋਂ ਤਰਨ ਤਾਰਨ ਅੱਧੇ ਕੁ ਘੰਟੇ ਵਿੱਚ ਪਹੁੰਚ ਗਿਆ ਮਿੱਥੇ ਟਿਕਾਣੇ ਦੇ ਉੱਤੇ, ਬਾਲੀ ਵਾਟ ਦੀ ਅੰਮ੍ਰਿਤਸਰ ਤੋਂ ਤਰਨ ਤਾਰਨ ਲਈ, ਅਤੇ ਤਰਨ ਤਾਰਨ ਪਹੁੰਚ ਕੇ ਫਿਰ ਗੁਰਦੁਆਰਾ ਸਾਹਿਬ ਵੀ ਪਹੁੰਚ ਗਿਆ। ਗੁਰਦੁਆਰਾ ਪਹੁੰਚ ਕੇ ਜਿੱਥੇ ਉਹਨਾਂ ਨੇ ਦੇਖਿਆ ਕਾਰ ਸੇਵਾ ਚੱਲ ਰਹੀ, ਉੱਧਰ ਨੂੰ ਤੁਰ ਪਿਆ। ਬੜੀਆਂ ਸੰਗਤਾਂ ਦਾ ਇਕੱਠ, ਬਾਬਾ ਗੁਰਮੁਖ ਸਿੰਘ ਦੇ ਦੁਆਲੇ ਹਮੇਸ਼ਾ ਇਕੱਠ ਰਿਹਾ ਕਰਦਾ ਸੀ, ਸਤਿਨਾਮ ਵਾਹਿਗੁਰੂ ਦਾ ਜਾਪ ਚੱਲਿਆ ਕਰਦਾ ਸੀ, ਔਰ ਸੰਤ ਬਾਬਾ ਗੁਰਮੁਖ ਸਿੰਘ ਦੀ ਹੀ ਪਾਈ ਹੋਈ ਪਿਰਤ ਹੈ ਇਹ, ਗੁਰੂ ਸਾਹਿਬ ਦੀਆਂ ਪਿਰਤਾਂ ਨਾਲ ਜੋੜ ਕੇ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਦੇ ਲਈ। ਨਾਲ ਨਾਲ ਤਾਂ ਟੋਕਰੀ ਢੋ ਹੁੰਦੀ ਸੀ ਅਤੇ ਨਾਲ ਨਾਲ ਨਾਮ ਜਪ ਹੁੰਦਾ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ ਦਾ ਜਾਪ ਚੱਲਿਆ ਕਰਦਾ ਸੀ ਅਤੇ ਨਾਲ ਟੋਕਰੀ ਢੋ ਹੁੰਦੀ ਸੀ, ਨਾਲ ਲੰਗਰ ਤਪਦੇ ਸਨ। ਅਤੇ ਕਾਰ ਸੇਵਾ ਵਾਲੀ ਜਿਹੜੀ ਪਿਰਤ ਹੈ ਗੁਰੂ ਸਾਹਿਬ ਦੇ ਵੇਲੇ ਤੋਂ ਚੱਲਦੀ ਸੀ, ਮਿਸਲਾਂ ਦੇ ਵੇਲੇ ਵੀ ਚੱਲਦੀ ਹੁੰਦੀ ਸੀ। ਬਾਬਾ ਬੁੱਲਾ ਜਦੋਂ ਕਿਤੇ ਕਸੂਰ ਤੋਂ ਅੰਮ੍ਰਿਤਸਰ ਦਰਸ਼ਨ ਕਰਨ ਆਇਆ ਸੀ ਤਾਂ ਉਹਨੇ ਦੇਖ ਕੇ ਵੀ ਕਾਰ ਸੇਵਾ ਚੱਲ ਰਹੀ ਆ, ਅਤੇ ਉਹਨੇ ਆਖਿਆ ਸੀ ਦੇਖ ਕੇ ਨਾਲ ਨਾਮ ਜਪ ਹੋ ਰਿਹਾ, ਅਤੇ ਉਹਨੇ ਆਖਿਆ ਨਾਲੇ ਵੱਜੇ ਇੱਕੜ ਦੁੱਕੜ ਨਾਲੇ ਤਪੇ ਚੁੱਲ੍ਹਾ, ਇੰਨੀ ਗੱਲੀ ਰੱਬ ਵੀ ਰਾਜੀ ਅਤੇ ਨਾਲੇ ਰਾਜੀ ਬੁੱਲਾ। ਇਹ ਬੁੱਲੇ ਸ਼ਾਹ ਬੋਲ ਕਾਰ ਸੇਵਾ ਕਿ ਇੱਟ ਨਾ ਇੱਟ ਵੱਜ ਰਹੀ ਹੈ, ਨਾਲੇ ਵੱਜੇ ਇੱਕੜ ਦੁੱਕੜ ਨਾਲੇ ਤਪੇ ਚੁੱਲ੍ਹਾ, ਨਾਲ ਨਾਲ ਲੰਗਰ ਵੀ ਚੱਲ ਰਹੇ ਨੇ ਅਤੇ ਨਾਲ ਨਾਲ ਨਾਮ ਜਪਿਆ ਜਾ ਰਿਹਾ, ਇੰਨੀ ਗੱਲੀ ਰੱਬ ਵੀ ਰਾਜੀ ਅਤੇ ਨਾਲੇ ਰਾਜੀ ਬੁੱਲਾ। ਇਹ ਸਾਡੀ ਪਿਰਤ ਰਹੀ ਹੈ ਗੁਰੂ ਸਾਹਿਬ ਦੇ ਵੇਲੇ ਤੋਂ ਲੈ ਕੇ। ਇਹਨਾਂ ਪਿਰਤਾਂ ਨੂੰ ਦੁਬਾਰਾ ਸੁਰਜੀਤ ਕੀਤਾ ਬਾਬਾ ਗੁਰਮੁਖ ਸਿੰਘ ਜੀ ਨੇ, ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੇ। ਅੱਜ ਵੀ ਉਹ ਪਿਰਤਾਂ ਚੱਲ ਰਹੀਆਂ ਨੇ, ਕਿਤੇ ਕਾਰ ਸੇਵਾ ਚੱਲਦੀ ਹੋਵੇ ਮਹਾਂਪੁਰਸ਼ ਵਿੱਚ ਆਪ ਹੋਣ, ਟੋਕਰੀ ਵੀ ਢੋ ਹੁੰਦੀ ਹੈ, ਨਾਮ ਵੀ ਜਪਿਆ ਜਾਂਦਾ, ਨਾਲ ਲੰਗਰ ਵੀ ਚੱਲਦਾ ਹੁੰਦਾ ਹੈ। ਆਏ ਗੱਲ ਹੀ ਜਿਹਨੇ ਸੇਵਾ ਨਹੀਂ ਕਰਨੀ ਉਹਦੇ ਲਈ ਵੀ ਲੰਗਰ ਚੱਲਦਾ ਹੁੰਦਾ ਹੈ। ਵਿਰੋਧਤਾ ਕਰਨੀ ਬੜੀ ਸੌਖੀ ਆ, ਪਰ ਆਪਣਾ ਜੀਵਨ ਪੂਰਾ ਪੂਰਾ ਲਾ ਦੇਣਾ ਗੱਲ ਸੌਖੀ ਨਹੀਂ। ਬਾਬਾ ਗੁਰਮੁਖ ਸਿੰਘ ਤੋਂ ਵਰਸਾਏ ਹੋਏ ਨੇ ਗਾਂ ਮਹਾਂਪੁਰਸ਼, ਬਾਬਾ ਖੜਗ ਸਿੰਘ ਵਰਗੇ, ਬਾਬਾ ਜਗਤਾਰ ਸਿੰਘ ਕਾਰ ਸੇਵਾ ਵਰਗੇ ਮਹਾਂਪੁਰਸ਼, ਔਰ ਉਹ ਬੈਠੇ ਕੁਛ ਲੋਕ, ਉਹ ਬਾਬਾ ਜੀ ਬੈਠੇ ਨਾਮ ਜਪਾ ਰਹੇ ਸਨ, ਕੁਛ ਆਲੇ ਦੁਆਲੇ ਲੋਕ ਬੈਠੇ ਸਨ, ਕਾਰ ਸੇਵਾ ਚੱਲ ਰਹੀ ਸੀ, ਲੰਗਰ ਚੱਲ ਰਿਹਾ ਸੀਗਾ। ਅਤੇ ਇਹ ਗੁਰਬਖਸ਼ ਸਿੰਘ ਸਹਿਗਲ ਜੀ ਗਏ ਜਿੱਧਰਲੇ ਬੜੇ ਮਹਾਂਪੁਰਸ਼ਾਂ ਦਾ ਝੌਲਾ ਜਿਹਾ ਪਿਆ ਉੱਧਰ ਨੂੰ ਗਏ ਅੰਦਾਜ਼ੇ ਜਿਹਾ ਨਾਲ, ਅਤੇ ਜਾ ਕੇ ਪਿੱਛੇ ਖੜ੍ਹੇ ਹੋ ਗਏ ਹੱਥ ਜੋੜ ਕੇ, ਥੋੜ੍ਹਾ ਜਿਹਾ ਪਿੱਛੇ ਹਟਵੇ ਹੋ ਕੇ ਖੜ੍ਹੇ ਹੋ ਗਏ, ਅਤੇ ਨਾਲ ਹੀ ਉਹਨਾਂ ਸਪੱਤਰੀ ਵੀ ਜਾ ਕੇ ਖੜ੍ਹੇ ਹੋ ਗਏ ਗੁਰਬਖਸ਼ ਸਿੰਘ ਦੇ ਦੋਨੇ ਜਣੇ ਦੋਨੇ ਜੀ। ਅਚਨਚੇਤ ਗੱਲਾਂ ਕਰਦਿਆਂ ਬਾਬਾ ਗੁਰਮੁਖ ਸਿੰਘ ਜੀ ਦੀ ਨਜ਼ਰ, ਜਿਹੜੇ ਆਏ ਬੈਠੇ ਸਨ, ਨਜ਼ਰ ਗੁਰਬਖਸ਼ ਸਿੰਘ ਸਹਿਗਲ ਦੇ ਚਿਹਰੇ 'ਤੇ ਪਈ। ਉਹਨਾਂ ਨੇ ਝੱਟ ਇਸ਼ਾਰਾ ਕਰਕੇ, ਬਾਬਾ ਗੁਰਮੁਖ ਸਿੰਘ ਜੀ ਨੇ ਝੱਟ ਇਸ਼ਾਰਾ ਕਰਕੇ ਉਹਨਾਂ ਨੂੰ ਆਪਣੇ ਕੋਲ ਬੁਲਾ ਰਿਹਾ ਅਤੇ ਕਹਿਣ ਲੱਗੇ ਆ ਜਾਓ ਭਾਈ, ਆ ਜਾਓ, ਮੈਂ ਤੁਹਾਡੀ ਰਾਹ ਦੇਖ ਰਿਹਾ ਸੀ ਕਿ ਤੁਹਾਨੂੰ ਵੀ ਸੰਤ ਦਰਦਾਰ ਸਿੰਘ ਉਹਨਾਂ ਨੇ ਭੇਜਿਆ। ਕਿੱਡੀ ਗੱਲ, ਹੈਰਾਨ ਹੋ ਗਿਆ ਗੁਰਬਖਸ਼ ਸਿੰਘ ਸਹਿਗਲ ਅਤੇ ਉਹਨਾਂ ਦੀ ਸਪਤਨੀ ਕਿ ਤਰਨ ਤਾਰਨ ਦੇ ਕੋਲ ਖੜਿਆ, ਇਹ ਤਰਨ ਤਾਰਨ ਵੱਲ ਮੂੰਹ ਕਰਕੇ ਅੰਮ੍ਰਿਤਸਰ ਸਟੇਸ਼ਨ 'ਤੇ ਖੜਿਆ ਅੱਧਾ ਘੰਟਾ ਪਹਿਲਾਂ ਸੰਤ ਦਰਦਾਰ ਸਿੰਘ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਸੀ ਤਰਨ ਤਾਰਨ ਵਾਲੇ ਮੂੰਹ ਕਰਕੇ, ਕਿਹਾ ਸੀ ਤੁਹਾਡਾ ਸੁਨੇਹਾ ਪਹੁੰਚ ਗਿਆ ਅਤੇ ਆਪ ਉਹ ਜਲੰਧਰ ਵੱਲ ਨੂੰ ਚਲ ਗਿਆ ਰੇਲਵੇ 'ਤੇ ਬੈਠ ਕੇ। ਇਹਨਾਂ ਨੇ ਲਾਹੌਰ ਵੱਲ ਨੂੰ ਜਾਣਾ ਸੀ, ਉੱਥੋਂ ਲਾਹੌਰ ਨਹੀਂ ਗਿਆ, ਤਰਨ ਤਾਰਨ ਵਾਲਾ ਹੋ ਗਿਆ, ਅੱਧੇ ਘੰਟੇ 'ਚ ਪਹੁੰਚ ਗਿਆ ਇੱਥੇ। ਕਿੱਦਾਂ ਪਤਾ ਲੱਗਾ? ਟੈਲੀਪੈਥੀ, ਜਿਹਦੀ ਗੱਲ ਅਧਿਆਤਮਿਕ ਦੀ ਦੁਨੀਆ 'ਚ ਕੀਤੀ ਜਾਂਦੀ ਹੈ, ਰੂਹਾਨੀਅਤ ਦੀ ਦੁਨੀਆ 'ਚ ਕੀਤੀ ਜਾਂਦੀ ਹੈ, ਗੁਰਬਖਸ਼ ਸਿੰਘ ਸਹਿਗਲ ਨੇ ਜੰਗ ਬਹਾਦਰ ਸਿੰਘ ਗੋਇਲ ਨੂੰ ਦੱਸਿਆ ਕਿ ਟੈਲੀਪੈਥੀ ਦੀ ਜਿਹੜੀ ਕਰਾਮਾਤ ਹੈ, ਟੈਲੀਪੈਥੀ ਦੀ ਜਿਹੜੀ ਪਕੜ ਹੈ ਰੂਹਾਨੀਅਤ ਪੁਰਸ਼ਾਂ ਦੇ ਵਿੱਚ, ਮੈਂ ਪਹਿਲੀ ਵਾਰੀ ਉਸ ਇਸ ਪੱਧਰ 'ਤੇ ਦੇਖੀ ਸੀ। ਆਮ ਤੌਰ 'ਤੇ ਆਪਾਂ ਕਹਿ ਦਿੰਦੇ ਹਾਂ ਵੀ ਮੈਂ ਤੈਨੂੰ ਯਾਦ ਕਰਦਾ ਸੀ ਤੂੰ ਪਹੁੰਚ ਗਿਆ, ਮੈਂ ਤੈਨੂੰ ਯਾਦ ਹੀ ਕੀਤਾ ਸੀ ਤੇਰਾ ਫੋਨ ਆ ਗਿਆ, ਟੈਲੀਪੈਥੀ ਚੱਲਦੀ ਹੈ ਪਰ ਇਸ ਪੱਧਰ ਤੱਕ ਚੱਲਦੀ ਹੈ। ਗੁਰਬਖਸ਼ ਸਿੰਘ ਸਹਿਗਲ ਨੇ ਦੱਸਿਆ ਮੈਂ ਪਹਿਲੀ ਵਾਰੀ ਉਹ ਮਹਿਸੂਸ ਕੀਤੀ ਸੀ, ਅਤੇ ਜੰਗ ਬਹਾਦਰ ਸਿੰਘ ਨੇ ਜੋ ਗੁਰਬਖਸ਼ ਸਿੰਘ ਸਹਿਗਲ ਨੇ ਦੱਸਿਆ ਮੰਨੇ ਪਰ ਮੰਨੇ ਗੁਰਸਿੱਖ ਸਨ। ਜੰਗ ਬਹਾਦਰ ਸਿੰਘ ਨੇ ਪੰਜਾਬੀ ਡਾਇਸਟ 'ਚ ਛਾਪ ਦਿੱਤਾ ਅਕਤੂਬਰ 2002 ਦਾ ਪਰਚਾ।
ਬਿਨਾਂ ਕਿਸੇ ਜਾਣ ਪਛਾਣ ਤੋਂ, ਕੋਈ ਵੀ ਜਾਣ ਪਛਾਣ ਨਹੀਂ ਸੀ ਆਪਸ ਵਿੱਚ, ਕੋਈ ਇੱਕ ਦੂਜੇ ਨੂੰ ਕਦੇ ਪਹਿਲਾਂ ਮਿਲੇ ਨਹੀਂ ਸਨ। ਬਾਬਾ ਗੁਰਬਖਸ਼ ਸਿੰਘ ਜੀ ਗੁਰਬਖਸ਼ ਸਿੰਘ ਸਹਿਗਲ ਨੂੰ ਨਹੀਂ ਸਨ ਜਾਣਦੇ, ਗੁਰਬਖਸ਼ ਸਿੰਘ ਸਹਿਗਲ ਬਾਬਾ ਗੁਰਬਖਸ਼ ਸਿੰਘ ਨੂੰ ਨਹੀਂ ਸਨ ਮਿਲੇ ਕਦੀ, ਅਤੇ ਉਹ ਕਹਿ ਰਹੇ ਆ ਜਾਓ ਭਾਈ, ਮੈਂ ਤੁਹਾਡੀ ਰਾਹ ਦੇਖ ਲਿਆ ਸੀ, ਤੁਹਾਨੂੰ ਹੀ ਭੇਜਿਆ ਸੰਤ ਦਾਰ ਸਿੰਘ ਉਹਨਾਂ ਨੇ। ਹੈਰਾਨ ਹੋ ਕੇ ਜਦੋਂ ਕੋਲ ਚਲ ਗਿਆ, ਸ਼ਰਧਾ ਨਾਲ ਮਹਾਂਪੁਰਸ਼ਾਂ ਦੇ ਚਰਨਾਂ ਵੱਲ ਝੁਕੇ, ਨਮਸਕਾਰ ਕੀਤੀ, ਫਤਿਹ ਬੁਲਾਈ। ਬਾਬਾ ਗੁਰਮੁਖ ਨੇ ਫਰਮਾਇਆ ਬੈਠੋ, ਕੋਲ ਬਿਠਾ ਲਿਆ ਆਪਣੇ ਦੋਨੇ ਮੀਆਂ ਬੀਬੀ, ਜਿੱਦਾਂ ਪੁੰਜੇ ਮਹਾਂਪੁਰਸ਼ ਬੈਠੇ ਸਨ ਚੌਂਕੜਾ ਲਾ ਕੇ, ਉਹਦੇ ਕੋਲ ਬੈਠ ਗਿਆ। ਹੁਣ ਮਹਾਂਪੁਰਸ਼ਾਂ ਦਾ ਆਸਣ ਤਾਂ ਫਿਰ ਜ਼ਮੀਨ 'ਤੇ, ਜਿੱਦਾਂ ਬੈਠੇ ਸਨ ਉਹ ਬੋਰੀਆਂ ਆਮ ਤੌਰ 'ਤੇ ਕਈ ਵਾਰੀ ਥੱਲੇ ਵਿਛਾਈਆਂ ਹੁੰਦੀਆਂ, ਕਈ ਵਾਰੀ ਉੱਦਾਂ ਬੈਠ ਜਾਂਦੇ। ਮੈਂ ਸੰਤ ਜਗਤਾਰ ਸਿੰਘ ਜੀ ਉਹਨਾਂ ਤੋਂ ਸ਼ਾਇਦ ਤੀਜੀ ਜਾਂ ਚੌਥੀ ਪੀੜ੍ਹੀ ਨੇ ਕਰਸੇ ਵਾਲੇ, ਮੈਂ ਉਹਨਾਂ ਨਨਕਾਣਾ ਸਾਹਿਬ ਸੇਵਾ ਕਰਦੇ ਦੇਖਿਆ, ਕਰੋੜਾਂ ਨਹੀਂ ਅਰਬਾਂ ਅਰਬਾਂ ਰੁਪਇਆ ਦੀ ਸੇਵਾ ਕਰਾਈ ਬਾਬਾ ਜਗਤਾਰ ਸਿੰਘ ਨੇ ਆਪਣੇ ਹੱਥੋਂ ਲੰਘਾਈ ਆ। ਪਰ ਨਨਕਾਣਾ ਸਾਹਿਬ ਮੈਂ ਦੇਖਿਆ ਲਾਣੀ ਮੰਜੀ ਦੇ ਉੱਤੇ, ਅਸੀਂ ਸੰਗਤਾਂ ਨੂੰ ਲੈ ਕੇ ਜਾਂਦੇ ਹਾਂ ਯਾਤਰਾ ਕਰਾਉਣ ਦੇ ਲਈ, ਇਹ ਹੋਟਲ ਦੀਆਂ ਆਲੀਸ਼ਾਨ ਸਹੂਲਤਾਂ ਹੋਟਲਾਂ ਦੀਆਂ ਸੰਗਤਾਂ ਮੰਗਦੀਆਂ ਨੇ, ਦਿੱਤੀਆਂ ਵੀ ਜਾਂਦੀਆਂ, ਪਰ ਲਾਣੀ ਮੰਜੀ 'ਤੇ ਦਿਨ ਰਾਤ। ਅਤੇ ਜੇ ਕੋਈ ਗੁਰਮੁਖ ਆ ਗਿਆ ਪਿਆਰਾ ਪਰਿਵਾਰ ਆ, ਸਾਨੂੰ ਕਹਿੰਦੇ ਆ ਲਓ ਮੰਜਾ ਤੁਸੀਂ ਲੈ ਲਓ, ਤੁਹਾਡੇ ਨਾਲ ਬੱਚਾ ਭਾਈ ਤੁਸੀਂ ਲੈ ਲਓ, ਅਤੇ ਆਪ ਥੱਲੇ ਬੋਰੀ ਦੇ ਉੱਤੇ ਆਰਾਮ ਕਰਦੇ ਦੇਖੇ ਮੈਂ ਆਪ। 24 ਘੰਟੇ ਸੇਵਾ ਦੇ ਵਿੱਚ ਰਹਿ ਕੇ, ਰਾਤ ਨੂੰ ਵੀ ਦਿਨੇ ਵੀ, ਕੋਈ ਉਹਲਾ ਨਹੀਂ ਸਾਹਮਣੇ ਸਾਰਾ ਕੁਛ। ਔਰ ਬਾਬਾ ਗੁਰਮੁਖ ਸਿੰਘ ਦਾ ਜੀਵਨ ਇਦੋਂ ਵੀ ਕਿਤੇ ਗਾਂਹ ਦੀ ਗੱਲ ਸੀ, ਬਹੁਤ ਗਾਂਹ ਦੀ ਗੱਲ, ਜਿੰਨਾ ਕੁਛ ਸੁਣਿਆ ਸੀ ਦੇਖਿਆ ਨਹੀਂ, ਪਰ ਬਾਬਾ ਜਗਤਾਰ ਸਿੰਘ ਨੂੰ ਤਾਂ ਦੇਖਿਆ ਹੈ ਬਾਬਾ ਗੁਰਮੁਖ ਸਿੰਘ ਜੀ। ਔਰ ਆਪ ਥੱਲੇ ਬੈਠੇ, ਉਹਨਾਂ ਨੂੰ ਵੀ ਥੱਲੇ ਬਿਠਾ ਲਿਆ, ਅੱਧਾ ਘੰਟਾ ਬੈਠਿਆਂ ਨੂੰ ਹੋ ਗਿਆ, ਕੋਲ ਬਿਠਾ ਲਿਆ, ਕੋਈ ਆ ਰਿਹਾ ਮਿਲਣ, ਉਹਨਾਂ ਗੱਲਾਂ ਵੀ ਚੱਲ ਰਹੀਆਂ, ਨਾਮ ਵੀ ਚੱਲ ਰਿਹਾ, ਕਾਰ ਸੇਵਾ ਵੀ ਚੱਲ ਰਹੀ, ਅੱਧਾ ਘੰਟਾ ਬੈਠਿਆਂ ਨੂੰ ਹੋ ਗਿਆ। ਇੰਨਾ ਕਹਿ ਤਾ ਤੁਹਾਨੂੰ ਸੰਤ ਦਾਰ ਸਿੰਘ ਭੇਜਿਆ ਬੈਠੋ, ਤੁਹਾਡੀ ਗੱਲ ਪਹੁੰਚ ਗਈ ਸਾਡੇ ਕੋਲ। ਪਰ ਅੱਧਾ ਘੰਟਾ ਬਿਠਾਈ ਰੱਖਿਆ ਕੋਲ, ਕੋਈ ਹੋਰ ਕੋਈ ਗੱਲ ਨਹੀਂ ਕੀਤੀ, ਬਿਠਾਈ ਰੱਖਿਆ ਕੋਲ। ਅੱਧੇ ਕੁ ਘੰਟੇ ਬਾਅਦ ਲੰਗਰ ਆ ਗਿਆ, ਸਮਾਂ ਹੋ ਗਿਆ ਜਿੱਦਾਂ ਬਾਕੀ ਲੰਗਰ ਛਕਣਾ ਹੈ, ਕਿਉਂਕਿ ਨਾਲੇ ਵਜੇ ਇੱਕੜ ਦੁੱਕੜ ਨਾਲੇ ਚੱਪਤਾ, ਫਿਰ ਚੁੱਲ੍ਹਾ ਤਪ ਰਿਹਾ, ਲੰਗਰ ਆ ਗਿਆ ਅੱਧੇ ਘੰਟੇ ਬਾਅਦ। ਜਦੋਂ ਲੰਗਰ ਆ ਗਿਆ ਤਾਂ ਬਾਬਾ ਜੀ ਨੇ ਆਪਣੇ ਹੱਥੀਂ ਦੋ ਭਾਰੇ ਭਾਰੇ ਪ੍ਰਸ਼ਾਦੇ ਚੱਕੇ, ਦੋਵਾਂ ਦੇ ਉੱਤੇ ਦਾਲ ਪਾਈ, ਦੋ ਪ੍ਰਸ਼ਾਦੇ ਚੱਕੇ ਦੋ ਭਾਰੇ ਜਾ, ਪਹਿਲਾਂ ਇੱਕ ਪ੍ਰਸ਼ਾਦੇ 'ਤੇ ਦਾਲ ਪਾਈ, ਉਹ ਗੁਰਬਖਸ਼ ਸਿੰਘ ਸਹਿਲ ਜੀ ਨੂੰ ਫੜਾਤਾ, ਫਿਰ ਦੂਜਾ ਪ੍ਰਸ਼ਾਦਾ ਚੱਕਿਆ ਭਾਰਾ ਜਾ, ਉਹਦੇ ਉੱਤੇ ਦਾਲ ਪਾਈ। ਦਾਲਾਂ ਅਤੇ ਪ੍ਰਸ਼ਾਦਾ ਇਹ ਹੁੰਦਾ ਕਾਰਸੇ ਵਾਲੇ ਮਹਾਂਪੁਰਸ਼ਾਂ ਦੇ, ਦੇਖਣ ਨੂੰ ਲੱਗਦਾ ਭਾਰਾ ਜਿਹਾ ਪ੍ਰਸ਼ਾਦਾ, ਦੇਖਣ ਨੂੰ ਲੱਗਦਾ ਸਧਾਰਨ ਜਿਹਾ ਦਾਲਾ, ਪਰ ਜਿਹਦੇ ਬੈਠ ਕੇ ਕਿਤੇ ਉਹ ਪ੍ਰਸ਼ਾਦਾ ਅਤੇ ਦਾਲਾ ਛਕਿਆ ਨਾ ਸ਼ਰਧਾ ਦੇ ਨਾਲ, 36 ਪ੍ਰਕਾਰ ਦੇ ਰਸ ਆਉਂਦੇ ਉਹਨਾਂ ਪ੍ਰਸ਼ਾਦਿਆਂ 'ਚੋਂ ਦਾਲਾਂ 'ਚੋਂ, ਤੁਹਾਡੀ ਸ਼ਰਧਾ ਹੋਣੀ ਚਾਹੀਦੀ ਆ। ਅੱਧੀ ਕੁ ਦੁਨੀਆ ਘੁੰਮ ਕੇ ਮੈਂ ਗੱਲ ਕਹਿ ਰਿਹਾ ਕਿ ਉਦੂ ਸਵਾਦੀ ਭੋਜਨ ਦੁਨੀਆ 'ਚ ਹੋਰ ਕਿਤੇ ਨਹੀਂ, ਜਿੱਥੇ ਸੇਵਾ ਵੀ ਚੱਲਦੀ ਹੋਵੇ, ਜਿੱਥੇ ਸਿਮਰਨ ਵੀ ਚੱਲਦਾ ਹੋਵੇ, ਸੇਵਾ ਦੇ ਸਿਮਰਨ ਦੇ ਨਾਲ ਲੰਗਰ ਤਿਆਰ ਹੋਇਆ ਹੋਵੇ, ਬੇਸ਼ੱਕ ਇੱਕ ਦਾਲਾ ਅਤੇ ਇੱਕ ਪ੍ਰਸ਼ਾਦਾ ਹੀ ਹੋਵੇ ਭਾਰਾ ਜਿਹਾ। ਜਿਹੜਾ ਸਵਾਦ ਉਹਨਾਂ 'ਚ ਤੁਹਾਨੂੰ ਆਊਗਾ ਕਿਤੇ ਨਹੀਂ ਆ ਸਕਦਾ। ਸੋ ਭਾਰਾ ਜਿਹਾ ਪ੍ਰਸ਼ਾਦਾ ਚੱਕਿਆ, ਦਾਲ ਪਾਈ, ਗੁਰਬਖਸ਼ ਸਿੰਘ ਸਹਿਗਲ ਨੂੰ ਫੜਾ ਦਿੱਤਾ, ਭਾਰਾ ਜਿਹਾ ਪ੍ਰਸ਼ਾਦਾ ਚੱਕਿਆ, ਦਾਲ ਪਾਈ ਉੱਤੇ, ਅਤੇ ਉਹਨਾਂ ਦੀ ਸੰਪਤੀ ਨੂੰ ਫੜਾਇਆ। ਗੁਰਬਖਸ਼ ਸਿੰਘ ਸਹਿਗਲ ਨੇ ਤਾਂ ਪ੍ਰਸ਼ਾਦਾ ਫੜ ਲਿਆ, ਹੁਣ ਜਦੋਂ ਪ੍ਰਸ਼ਾਦਾ ਉਹਨਾਂ ਦੀ ਸੰਪਤੀ ਨੂੰ ਫੜਾਉਣ ਲੱਗੇ ਅਤੇ ਉਹ ਥੋੜ੍ਹੀ ਜਿਹਾ ਆਨਾਕਾਨੀ ਜੀ ਕੀਤੀ ਇੱਕ, ਅਤੇ ਉਹ ਬੋਲੀ ਨਹੀਂ ਮੂੰਹੋਂ ਕੁਛ, ਪਰ ਆਪਣੇ ਪਤੀ ਦੇ ਮੂੰਹੋਂ ਲਈ ਦੇਖਿਆ, ਅਤੇ ਪਤੀ ਗੁਰਬਖਸ਼ ਸਿੰਘ ਸਹਿਗਲ ਜੀ ਕਹਿੰਦੇ, ਬਾਬਾ ਜੀ ਵੀ ਬੇਨਤੀ ਇਹ ਆ, ਇਹ ਪ੍ਰਸ਼ਾਦਾ ਤਾਂ ਛਕ ਨਹੀਂ ਸਕਦੀ, ਬਿਮਾਰੀ ਇਹ ਆ, ਇਹਦੇ ਇਲਾਜ ਲਈ ਲਾਹੌਰ ਜਾ ਰਿਹਾ ਸੀ, ਸੰਤ ਦਰਬਾਰ ਸਿੰਘ ਤੁਹਾਡੇ ਵੱਲ ਭੇਜਤਾ ਕਿ ਰੋਟੀ ਦੀ ਬੁਰਕੀ ਅੰਦਰ ਗਈ ਨਹੀਂ ਅਤੇ ਅੰਦਰੋਂ ਚੀਸਾਂ ਉੱਠੀਆਂ ਨਹੀਂ, ਚੀਖਾਂ ਪਈਆਂ ਪੈਣੀਆਂ ਸ਼ੁਰੂ ਨਹੀਂ ਹੋ ਗਈਆਂ, ਸੂਲੀ ਲੱਗਦੀ ਆ ਅੰਦਰ, ਟਿਕਾ ਨਹੀਂ ਪੈਂਦਾ, ਚਿਹਰੇ ਦਾ ਰੰਗ ਤੱਕ ਬਦਲ ਜਾਂਦਾ, ਜੀਵਨ ਮਰਨ ਦਾ ਸਵਾਲ ਹੋ ਜਾਂਦਾ, ਇੱਦਾਂ ਲੱਗਦਾ ਜਿੱਦਾਂ ਪਰਲੋ ਆ ਗਈ ਹੋਵੇ, ਖੜ੍ਹੇ ਨਹੀਂ ਹੁੰਦਾ, ਬੈਠ ਨਹੀਂ ਹੁੰਦਾ, ਪ੍ਰਸ਼ਾਦਾ 'ਤੇ ਛਕ ਨਹੀਂ ਸਕਦੇ। ਗੁਰਬਖਸ਼ ਸਿੰਘ ਸਹਿਗਲ ਨੇ ਬੇਨਤੀ ਕਰ ਦਿੱਤੀ, ਬਾਬਾ ਜੀ ਨੇ ਆਖਿਆ ਕੋਈ ਗੱਲ ਨਹੀਂ ਛਕ ਲਓ।
कुछ नहीं हुंदा शकल हाथ च लगन फड़ के बैठे ने बाबा जी किदा ना करन प्रशादा जी दे आप दुआले बैठे सारे बरताया गया जो सारे बरताया गया प्रशादा तो बाबा जी ने अरदास करके फिर दोबारा अरदास तो हुई होंगी प्रशादे की फिर भी सिख का फर्ज बनता है कि नानक पुसरिया पकाइया पाइया थाले माए जिन गुरु मनाया अपना रज रज सही खाए गुरु का शुकराना करना है फिर छकना है गुरबाणी ने ऐलान किया हो जो बिन सतगुरु सेवे खांदे पहनदे से मूए मर जम्मे कौड़े जिहड़े सतगुरु नूं याद करन तों बिना खा पी लैंदे ने पर सतगुरु दा दित्ता खा पी तां लैंदे ने पर सतगुरु नूं याद नहीं करते से मूए मरे हुए समझो तो जो तो मर के फिर दोबारा जम्मणगे ना से मूए मर जम्मे कौड़े जो तो मर के जम्मणगे कौड़े होणगे सो जो ਸਲੋਕ ਪੜ੍ਹਿਆ ਗਿਆ ਨਾਨਕ ਪੁੱਸਿਆ ਪਕਾਈਆਂ ਪਾਈਆਂ ਥਾਲੇ ਮਾਏ ਜਿਨ ਗੁਰੂ ਮਨਾਇਆ ਆਪਣਾ ਰਜ ਰਜ ਸਹੀ ਖਾਏ ਸਾਰਿਆਂ ਨੇ ਫਿਰ ਜਕਾਰਾ ਹੋ ਗਿਆ ਰੀਤ ਰਵਾਇਤ ਸਾਰੀ ਹੋ ਗਈ ਅਰਦਾਸ ਹੋ ਗਈ ਜਕਾਰਾ ਹੋ ਗਿਆ ਅਤੇ ਜਦੋਂ ਸਾਰਿਆਂ ਨੇ ਬੁਰਕੀ ਬੁਰਕੀ ਤੋੜ ਕੇ ਖਾਣਾ ਸ਼ੁਰੂ ਕੀਤਾ ਅਤੇ ਇਹ ਦੋਨੇ ਜੀ ਫੇਕ ਦੂਜੇ ਵੱਲ ਦੇਖ ਲਿਆ ਅਤੇ ਬਾਬਾ ਜੀ ਨੇ ਕਿਹਾ ਛਕੋ ਗੁਰਬਖਸ਼ ਨੇ ਫਿਰ ਦੁਹਰਾ ਕੇ ਕਿਹਾ ਬਾਬਾ ਜੀ ਕਿ ਮੇਰੀ ਸਿੰਘਣੀ ਤਾਂ ਦੋ ਗ੍ਰਾਹੀਆਂ ਨਰਮ ਨਰਮ ਗਰਮ ਰੋਟੀ ਦੇ ਹੀ ਖਾ ਲਵੇ ਅਤੇ ਪੇਟ ਦਰਦ ਨਾ ਕਰਲਾਉਂਦੀ ਆ ਇਹ ਗੁਰੂ ਕੇ ਲੰਗਰ ਦੇ ਭਾਰੇ ਪ੍ਰਸ਼ਾਦੇ ਆ ਕਿਵੇਂ ਪਹੁੰਚਾਏਗੀ ਇਹ ਬਾਬਾ ਜੀ ਨੇ ਉਹਦੀ ਗੱਲ ਵਿੱਚ ਟੋਕੇਗਾ ਖਾ ਲਓ ਗੁਰੂ ਸਾਹਿਬ ਠੀਕ ਕਰ ਦੇਵੇਗਾ ਦੋਵਾਂ ਮੀਆਂ ਬੀਬੀ ਫੇਕ ਦੂਜੇ ਦੇ ਮੂਹਰੇ ਦੇਖਿਆ ਅਤੇ ਬਾਬਾ ਜੀ ਨੇ ਕਿਹਾ ਦੇਖੋ ਨਾ ਖਾ ਲਓ ਗੁਰੂ ਠੀਕ ਕਰ ਦੇਵੇਗਾ ਹੁਣ ਬਾਬਾ ਜੀ ਦੇ ਬਚਨ ਦੀ ਸੱਤਿਆ ਪਹਿਲਾਂ ਦੇਖ ਚੁੱਕੇ ਟੈਲੀਪੈਥੀ ਬਾਬਾ ਜੀ ਦੇ ਬਚਨ ਦੀ ਸੱਤਿਆ ਉੱਤੇ ਭਰੋਸਾ ਆਇਆ ਅਤੇ ਗੁਰਬਖਸ਼ ਸਿੰਘ ਨੇ ਆਪਣੇ ਪਤਨੀ ਵੱਲ ਦੇਖਿਆ ਅਤੇ ਪਤਨੀ ਨੇ ਪ੍ਰਸ਼ਾਦਾ ਛਕਣਾ ਸ਼ੁਰੂ ਕਰ ਦਿੱਤਾ ਗੁਰਬਖਸ਼ ਸਿੰਘ ਨੇ ਪ੍ਰਸ਼ਾਦਾ ਛਕਣਾ ਸ਼ੁਰੂ ਕਰਤਾ ਹੁਣ ਗੁਰਬਖਸ਼ ਸਿੰਘ ਨੇ ਜਿਹੜੀ ਗੱਲ ਜੰਗ ਬਹਾਦਰ ਸਿੰਘ ਨੂੰ ਦੱਸੀ ਪੰਜਾਬੀ ਡਾਇਜੈਸਟ ਦੇ ਸੰਪਾਦਕ ਨੂੰ ਕਿ ਉਹਨਾਂ ਦੀ ਪਤਨੀ ਦੀ ਰੋਟੀ ਦੇਖ ਕੇ ਤੜਫਣ ਲੱਗ ਪੈਂਦੀ ਸੀ ਖਾਤੇ ਰੱਖਣੀ ਦੂਰ ਦੀ ਗੱਲ ਅਤੇ ਕੁਛ ਹੋਣ ਲੱਗਾ ਪਰ ਉਹਨਾਂ ਬੜੀ ਸੋਹਣੀ ਬੁਰਕੀ ਤੋੜੀ ਇੱਕ ਖਾਧੀ ਫਿਰ ਦੂਜੀ ਤੋੜੀ ਦੂਜੀ ਖਾਧੀ ਫਿਰ ਤੀਜੀ ਬੁਰਕੀ ਤੋੜੀ ਤੀਜੀ ਖਾਧੀ ਅਤੇ ਗੁਰਬਖਸ਼ ਸਿੰਘ ਆਪ ਵੀ ਪ੍ਰਸ਼ਾਦਾ ਛਕਣਾ ਸ਼ੁਰੂ ਕਰਤਾ ਗੁਰਬਖਸ਼ ਸਿੰਘ ਸਹਿਗਲ ਨੇ ਅਤੇ ਨਾਲ ਨਾਲ ਪਤਨੀ ਨਾਲ ਦੇਖ ਰਿਹਾ ਉਹ ਬੜੇ ਸਵਾਦ ਨਾਲ ਬੜਾ ਚਿੱਤ ਛਿੱਤ ਕੇ ਹੌਲੀ ਹੌਲੀ ਕਰਕੇ ਬੜਾ ਆਨੰਦ ਲੈਂਦੀ ਹੋਈ ਜਿਵੇਂ ਮੱਝ ਮਾਖਾ ਦੁੱਧ ਛਕ ਰਹੀ ਹੋਵੇ ਅੰਦਰੋਂ ਕੋਈ ਰਸ ਆ ਰਿਹਾ ਹੋਵੇ ਉੱਦਾਂ ਹੌਲੀ ਹੌਲੀ ਪ੍ਰਸ਼ਾਦਾ ਛਕ ਰਹੀ ਹੈ ਆਨੰਦ ਲੈ ਰਹੀ ਹੈ ਇੱਕ ਇੱਕ ਦਾਣਾ ਚੱਕ ਕੇ ਪ੍ਰਸ਼ਾਦਾ ਚੱਕ ਛੱਕ ਕੇ ਹੌਲੀ ਹੌਲੀ ਛਕ ਰਹੀ ਹੈ ਆਨੰਦ ਆ ਰਿਹਾ ਉਹਦੇ ਚਿਹਰੇ ਦੇ ਉੱਤੋਂ ਪਤਾ ਲੱਗਦਾ ਕਿ ਅੰਦਰੋਂ ਆਨੰਦ ਲੈ ਰਹੀ ਹੈ ਕੋ ਰਸ ਮਹਿਸੂਸ ਹੋ ਰਿਹਾ ਹੈ ਗੁਰਬਖਸ਼ ਸਿੰਘ ਆਪਣੀ ਪਤਨੀ ਨੂੰ ਵੀ ਦੇਖ ਰਿਹਾ ਨਾਲ ਆਪ ਵੀ ਛਕ ਰਿਹਾ ਆਪ ਵੀ ਆਨੰਦ ਲੈ ਰਿਹਾ ਉਹ ਬੀਬੀ ਜਿਹੜੀ ਰੋਟੀ ਦੀ ਬੁਰਕੀ ਦੇਖਦਿਆਂ ਅੰਦਰ ਜਾਂਦਾ ਤੜਫਣ ਲੱਗ ਪੈਂਦੀ ਹੁੰਦੀ ਸੀ ਉਹਨੇ ਪ੍ਰਸ਼ਾਦਾ ਛਕਿਆ ਪੂਰਾ ਅਤੇ ਪੇਟ 'ਚ ਦਰਦ ਵੀ ਨਹੀਂ ਹੋਇਆ ਕੋਈ ਪੇਟ 'ਚ ਦਰਦ ਨਹੀਂ ਹੋਇਆ ਰੋਟੀ ਖਾਂਦਿਆਂ ਕੋਈ ਤਕਲੀਫ ਨਹੀਂ ਹੋਈ ਨਾ ਪੇਟ 'ਚ ਦਰਦ ਹੋਇਆ ਨਾ ਰੋਟੀ ਖਾਂਦਿਆਂ ਕੋਈ ਤਕਲੀਫ ਹੋਈ ਨਾ ਚਿਹਰੇ ਦੇ ਹਾਵ ਭਾਵ ਬਦਲੇ ਸਗੋਂ ਆਨੰਦ ਨਾਲ ਪ੍ਰਸ਼ਾਦਾ ਛਕਿਆ ਅਤੇ ਫਿਰ ਬੈਠੇ ਰਹੇ ਗੱਲਾਂ ਕਰਨ ਲਈ ਅਤੇ ਗੁਰਬਖਸ਼ ਸਿੰਘ ਸਹਿਗਲ ਨੇ ਦੱਸਿਆ ਕਿ ਉਹ ਦਿਨ ਅਤੇ ਗਾਥਾ ਸਾਲਾਂ ਬਾਅਦ ਦੱਸੀ ਉਹ ਦਿਨ ਉਹਦੀ ਪਤਨੀ ਰੱਜ ਕੇ ਪ੍ਰਸ਼ਾਦਾ ਛਕਣ ਲੱਗੀ ਕੋਈ ਦੁਆ ਨਹੀਂ ਕਰਨ ਦੀ ਲੋੜ ਪਈ ਕੋਈ ਦਾਰੂ ਕਰਨ ਦੀ ਲੋੜ ਨਹੀਂ ਪਈ ਸਾਧੂ ਦੇ ਬਚਨ ਦੀ ਸੱਤਿਆ ਖਾ ਲਓ ਸਭ ਠੀਕ ਹੋ ਜਾਏਗਾ ਅਤੇ ਗੁਰਬਖਸ਼ ਸਿੰਘ ਸਹਿਗਲ ਜੀ ਕਹਿੰਦੇ ਨੇ ਕਿ ਮੈਂ ਇਸ ਇੱਕੋ ਘਟਨਾ ਦੇ ਵਿੱਚ ਦੋ ਸੰਤਾਂ ਮਹਾਂਪੁਰਸ਼ਾਂ ਦੀ ਆਪਸੀ ਟੈਲੀਪੈਥੀ ਬਿਨਾਂ ਮਿਲਿਆਂ ਦੂਰ ਤੋਂ ਇੱਕ ਦੂਜੇ ਦੀ ਗੱਲ ਸਮਝਣ ਵਾਲੀ ਗੱਲ ਸੁਨੇਹਾ ਦੇਣ ਵਾਲੀ ਗੱਲ ਉਹ ਵੀ ਦੇਖ ਲਈ ਅਤੇ ਬਾਬਾ ਗੁਰਮੁਖ ਸਿੰਘ ਦੇ ਕੋਲ ਜਾ ਕੇ ਉਹਨਾਂ ਦੇ ਕੋਲੋਂ ਬਚਨ ਦੀ ਸੱਤਿਆ ਵੀ ਜਿਹੜੀ ਸਾਧੂ ਦੇ ਬਚਨ ਦੀ ਸੱਤਿਆ ਹੁੰਦੀ ਉਹ ਵੀ ਦੇਖ ਲਈ
ਇਹ ਗੱਲ ਜੰਗ ਬਹਾਦਰ ਸਿੰਘ ਨੇ ਲਿਖੀ, ਪੰਜਾਬੀ ਡਾਇਜੈਸਟ ਦੇ ਵਿੱਚ ਲਿਖੀ। ਔਰ ਇੱਥੇ ਗੱਲ ਮੈਂ ਕਹਿ ਦਿੰਦਾ, ਪੰਜਾਬੀ ਡਾਇਜੈਸਟ ਦੇ ਜਿਹੜੇ ਸੰਪਾਦਕ ਸਨ ਜੰਗ ਬਹਾਦਰ ਸਿੰਘ ਜੀ, ਬੇਸ਼ੱਕ ਸਿੱਖ ਸਨ, ਸਿੱਖ ਸੰਵੇਦਨਾ ਦੀ ਗੱਲ ਕਰਨ ਵਾਲੇ ਵੀ ਸਨ, ਪਰ ਐਡੇ ਅੰਧ ਵਿਸ਼ਵਾਸੀ ਨਹੀਂ ਸਨ ਕਿਸੇ ਗੱਲ ਦੇ ਵੀ। ਜਦੋਂ ਗੱਲ ਲਿਖ ਰਿਹਾ ਨੇ, ਜਦੋਂ ਗੁਰਬਖਸ਼ ਸਿੰਘ ਸਹਿਗਲ ਵਰਗਾ ਗੁਰਮੁਖ ਦੱਸ ਰਿਹਾ ਹੈ, ਜਦੋਂ ਇਹਨਾਂ ਵੱਡੇ ਸੰਤਾਂ ਦੀ ਗੱਲ ਕਰ ਰਿਹਾ, ਤਾਂ ਗੱਲ 100% ਸੱਚ ਹੈ। ਤੁਸੀਂ ਆਪਣੇ ਜੀਵਨ 'ਚ ਕਿਤੇ ਝਾਤੀ ਮਾਰ ਕੇ ਦੇਖਿਓ, ਟੈਲੀਪੈਥੀ ਤੁਹਾਡੇ ਜੀਵਨ 'ਚ ਵੀ ਹੁੰਦੀ ਹੈ ਕਈ ਵਾਰੀ, ਜਿਨ੍ਹਾਂ ਨਾਲ ਤੁਸੀਂ ਅੰਦਰੋਂ ਤੌਰ 'ਤੇ ਜੁੜੇ ਹੁੰਦੇ ਹੋ, ਜੇ ਤੁਹਾਡਾ ਮਨ ਇਕਾਗਰ ਹੋਇਆ ਤਾਂ ਮਿਲਿਆ ਮਿਲਿਆ ਉਹਨਾਂ ਦੀ ਗੱਲਾਂ ਨੂੰ ਤੁਹਾਡੇ ਕੋਲ ਸਿਰੇ ਪਹੁੰਚਦੇ ਨੇ, ਉਹਨਾਂ ਦਾ ਦੁੱਖ ਸੁੱਖ ਵੀ ਤੁਹਾਡੇ ਕੋਲ ਬੜਾ ਮਿਲਿਆ ਪਹੁੰਚਦਾ। ਸਾਧੂ ਦੇ ਬਚਨ ਦੀ ਸੱਤਿਆ ਜਿਹਦੇ ਜੀਵ ਦੇ ਉੱਤੇ ਵਾਹਿਗੁਰੂ ਦਾ ਨਾਮ ਹੈ, ਵਾਹਿਗੁਰੂ ਦੀ ਸ਼ਕਤੀ ਵੀ ਉਹਦੀ ਜੀਵ ਦੇ ਉੱਤੇ ਆ ਹੀ ਜਾਂਦੀ ਹੈ। ਇਹ ਵਿਸ਼ਵਾਸ ਸਿੱਖ ਸੰਵੇਦਨਾ ਨਾਲ ਜੁੜ ਕੇ, ਸਿੱਖ ਫਲਸਫੇ ਨਾਲ ਜੁੜ ਕੇ, ਗੁਰੂ ਦੀਆਂ ਬਖਸ਼ਿਸ਼ਾਂ ਨਾਲ ਜੁੜ ਕੇ ਪ੍ਰਾਪਤ ਹੁੰਦਾ ਹੈ। ਜੁੜੀਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।